सारे तुहाडे श्रोतियां नूं जय श्री राम। खोसला जी, देखो जिदा कि तुसीं जाणदे हो, मैं ते मेरे सारे जिन्ने भी मेरे साथी ने अही लोग समाज सेवा करदे हां। तुसीं बहुत सोहणा मुद्दा अज लैके आए हो, प्राइवेट लैबोरेटरीज। देखो साडा गवर्नमेंट स्ट्रक्चर जिहड़ा सिविल होस्पिटल आ, ਉਹ ਬਹੁਤ ਦਾਇਨੀ ਸਥਿਤੀ ਦੇ ਵਿੱਚ ਆ। ਅਗਰ ਆਪਾਂ ਗੱਲ ਕਰੀਏ, ਸਾਡੇ ਕੋਲ ਉੱਥੇ ਟੈਕਨੀਸ਼ੀਅਨ ਨਹੀਂ ਹੈਗਾ, ਉੱਥੇ ਸਟਾਫ ਅਵੇਲੇਬਲ ਨਹੀਂ ਹੈਗਾ। ਇਹ ਬਹੁਤ ਲੰਬੇ ਸਮੇਂ ਤੋਂ ਸਮੱਸਿਆ ਚੱਲੀ ਆ ਰਹੀ ਆ, ਅਤੇ ਇਹ ਮੈਂ ਅਸੀਂ ਕਈ ਵਾਰੀ ਉੱਥੇ SMO ਸਾਹਿਬ ਨੂੰ, CMO ਸਾਹਿਬ ਨੂੰ ਵਰਬਲੀ ਕਹਿ ਚੁੱਕੇ ਹਾਂ ਕਿ ਤੁਸੀਂ ਉੱਥੇ ਲਿਖ ਕੇ ਦਿਓ, ਪਰ ਉਹ ਮੇਰੇ ਖਿਆਲ ਐਫਰਟ ਜਿਹੜੇ ਕਰਦੇ ਵੀ ਆ, ਲੇਕਿਨ ਕਦੇ ਵੀ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸੁਣੀ ਨਹੀਂ। ਸੈਕਿੰਡਲੀ ਗੱਲ ਕਰਦੇ ਹਾਂ ਆਪਾਂ ਲੈਬੋਰਟਰੀਜ਼ ਦੀ, ਪ੍ਰਾਈਵੇਟ ਲੈਬੋਰਟਰੀਜ਼ ਦੀਆਂ। ਤੁਸੀਂ ਅੱਜ ਦੇ ਸਮੇਂ ਦੇ ਅੰਦਰ ਦੇਖੋ ਕਿ ਹਰ ਬੰਦਾ ਬਿਜ਼ਨਸਮੈਨ ਬਣ ਗਿਆ। ਤੁਸੀਂ ਦੇਖੋ ਜਿਹੜੇ ਬੰਦੇ ਉਹਦੇ ਅੰਦਰ ਬੈਠੇ ਨੇ, ਉਹ ਡਾਕਟਰ ਟੈਸਟ ਲਿਖਦੇ ਨੇ, ਉਹ ਟੈਸਟ ਲਿਖਦੇ ਨੇ, ਟੈਸਟ ਲਿਖ ਕੇ ਤੁਸੀਂ ਦੇਖੋ ਕਿ ਜਦੋਂ ਅੰਦਰ ਜਾਂਦੇ ਆ ਸਾਰੇ, ਉਹ ਨਾਲ ਹੀ ਕਹਿੰਦੇ ਜੀ ਸਾਡੀ ਮਸ਼ੀਨ ਖਰਾਬ ਆ ਜੀ, ਸਾਡੇ ਕੋਲ ਐਸਿਡ ਨਹੀਂ ਹੈਗਾ ਜੀ, ਤੁਸੀਂ ਜਾ ਕੇ ਬਾਹਰੋਂ ਕਰਾ ਲਓ। ਅਤੇ ਜਦੋਂ ਬਾਹਰੋਂ ਟੈਸਟ ਕਰਾਉਣ ਜਾਂਦੇ ਗਰੀਬ ਆਦਮੀ, ਤਾਂ ਇਹ 1 ਰੁਪਏ ਦਾ ਟੈਸਟ ਉਹ 10 ਰੁਪਏ ਦੇ ਵਿੱਚ ਉਹਦਾ ਹੁੰਦਾ ਵਾ। ਜਦਕਿ ਗਰੀਬ ਬੰਦਾ ਟੈਸਟ ਕਰਾਵੇ ਕਿ ਆਪਣੇ ਬੱਚੇ ਦਾ ਇਲਾਜ ਕਰਾਵੇ ਕਿ ਆਪਣੇ ਸਾਗੇ ਸੰਬੰਧੀ ਦਾ ਇਲਾਜ ਕਰਾਵੇ, ਉਹਨੂੰ ਇਸ ਚੀਜ਼ ਦਾ ਸਮਝ ਪਤਾ ਨਹੀਂ ਹੁੰਦਾ। ਮੇਰੀ ਤਾਂ ਇਹੀ ਇੱਕ ਮੰਗ ਆ ਕਿ ਜਿਹੜੇ ਟੈਸਟ ਹੁੰਦੇ ਆ, ਜਿਹੜੀ ਕਮਿਸ਼ਨ ਖੋਰੀ ਦੀ ਆਦਤ ਆ, ਇੱਕ ਬੰਦ ਕਰਾਈ ਜਾਵੇ। ਸੈਕਿੰਡਲੀ, ਸਰਕਾਰੀ ਹਸਪਤਾਲ ਦੇ ਅੰਦਰ ਅਗਰ ਕੋਈ ਮਸ਼ੀਨ ਇੰਸਟਰੂਮੈਂਟ ਅਗਰ ਖਰਾਬ ਹੁੰਦਾ ਵਾ, ਉਹਨੂੰ ਜਲਦ ਤੋਂ ਜਲਦ ਠੀਕ ਕਰਾਇਆ ਜਾਵੇ, ਤਾਂ ਕਿ ਜਿਹੜੇ ਲੋਕ ਨੇ ਉਹ ਪਰੇਸ਼ਾਨ ਨੇ, ਉਹ ਲੋਕਾਂ ਦੇ ਸਾਰੇ ਟੈਸਟ ਸਹੂਲਤਾਂ ਦੇ ਹੋ ਸਕਣ, ਅਤੇ ਲੋਕਾਂ ਨੂੰ ਬਾਹਰ ਟੈਸਟ ਕਰਾਉਣੇ ਹੀ ਨਾ ਪੈਣ। ਜਿਹੜੇ ਅੱਜ ਕੱਲ੍ਹ ਹੁਣ ਇੱਕ ਨਵਾਂ ਦੌਰ ਵੀ ਚੱਲਦਾ ਵਾ ਕਿ ਇੱਕ ਫੁੱਲ ਬੋਡੀ ਟੈਸਟ 75% ਲੈਸ, 25% ਲੈਸ, 50% ਲੈਸ, ਲੈਸ ਤਾਂ ਕੀ ਕਿੱਦਾਂ ਦੇਖਦੇ ਸਾਰੇ ਲੈਸ ਨੂੰ ਤੁਸੀਂ? ਦੇਖੋ ਜੀ, ਮੈਂ ਤਾਂ ਦੱਸਾਂ, ਇੱਕ ਜਿਹੜੇ ਟੈਸਟ ਹੁੰਦੇ ਨਾ ਜੀ, ਸਰੀਰ ਦੇ ਟੈਸਟ ਜਿਹੜੇ ਹੁੰਦੇ, ਅਗਰ ਆਪਾਂ ਕਰਾਉਂਦੇ ਹਾਂ, ਉਹ ਸਰੀਰ ਦੀ ਤੁਹਾਡੀ ਸਾਰੀਆਂ ਬਿਮਾਰੀਆਂ ਦੱਸ ਦਿੰਦੇ ਆ। ਤੁਸੀਂ ਕਦੀ ਵੀ ਕੋਈ ਵੀ ਟੈਸਟ ਕਰਾਓ ਅਤੇ ਅੰਡਰ ਪੈਥੋਲੋਜਿਸਟ ਦੀ, ਉਹਦੀ ਜਿਹੜੀ ਸੁਪਰਵੀਜ਼ਨ ਦੇ ਵਿੱਚ ਇਹ ਕਰਾਓ। ਜਿਹੜੇ ਲੈਬ ਟੈਕਨੀਸ਼ੀਅਨ ਹੁੰਦੇ ਆ, ਉਹ ਅਸਿਸਟੈਂਟ ਲੈਬ ਹੁੰਦੇ ਆ, ਅਸਿਸਟੈਂਟ ਕਰਦੇ ਆ, ਅਤੇ ਜਿਹੜੇ ਲੈਬ ਟੈਕਨੀਸ਼ੀਅਨ ਜਿਹੜੇ ਪੜ੍ਹ ਲਿਖ ਕੇ ਬੈਠੇ ਆ, ਉਹ ਵੀ ਟੈਸਟ ਵਧੀਆ ਕਰਦੇ, ਲੇਕਿਨ ਹਮੇਸ਼ਾ ਆਪਾਂ ਨੂੰ ਇੱਕ ਪੈਥੋਲੋਜਿਸਟ, MD ਪੈਥੋਲੋਜਿਸਟ, ਜਿਹੜਾ ਕਿ ਸੀਨੀਅਰ ਡਾਕਟਰ ਹੁੰਦਾ, ਉਹਦੀ ਦੇਖ ਰੇਖ ਦੇ ਵਿੱਚ ਕਰਾਉਣੇ ਚਾਹੀਦੇ। ਅੱਜ ਦੇ ਦੌਰ ਦੇ ਵਿੱਚ ਕੁਝ ਜਾਲੀ ਟੈਕਨੀਸ਼ੀਅਨ ਵੀ ਬੈਠੇ ਹੋਏ ਆ ਜਿਨ੍ਹਾਂ ਨੂੰ ਕੁਛ ਵੀ ਨਹੀਂ ਪਤਾ ਹੈਗਾ। ਦੇਖੋ, ਜਿਹੜੀ ਸਰਕਾਰ ਦੀ ਪੋਲਿਸੀ ਹੈ PPR ਮੋਡ ਦੇ ਵਿੱਚ, ਅਸੀਂ ਕ੍ਰਿਸ਼ਨਾ ਲੈਬ ਸਾਰੇ DH ਦੇ ਉੱਤੇ 24x7 ਆਵਰਸ ਉਹ ਕੰਮ ਕਰਦੀ ਹੈ, ਸੈਂਪਲ ਕਲੈਕਸ਼ਨ ਕਰਦੀ ਹੈ। ਅਗਰ ਕਿਸੇ ਵੀ ਅੰਦਰ ਵੀ ਜਿਹੜੀ ਲੈਬ ਹੈਗੀ ਹੈ ਉਹ ਵੀ 24 ਘੰਟੇ ਕੰਮ ਕਰਦੀ ਹੈ, ਕਿਸੇ ਨੂੰ ਵੀ ਬਾਹਰ ਦੇ ਟੈਸਟ ਲਿਖਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਕਿਉਂਕਿ ਇਹ ਜਿਹੜੀ ਕ੍ਰਿਸ਼ਨਾ ਲੈਬ ਹੈਗੀ ਹੈ, ਇਹ CGHS ਰੇਟ ਜਿੰਨੇ ਹੈਗੇ ਨੇ ਉਹਦਾ ਵੀ 40% ਡਿਸਕਾਊਂਟ ਦੇ ਉੱਤੇ ਟੈਸਟ ਦੀ ਕੋਸਟ ਕਰ ਰਹੀ ਹੈ। ਮੈਡਮ, ਜੇ ਡਾਕਟਰ ਵੱਲੋਂ ਹੀ ਇੰਨੇ ਟੈਸਟ ਲਿਖ ਕੇ ਦਿੱਤੇ ਜਾਂਦੇ ਆ ਕਿ ਜਿਹੜੇ ਕਿ 5-7-10 ਹਜ਼ਾਰ ਤੋਂ ਘੱਟ ਕਿਸੇ ਦੇ ਟੈਸਟ ਨਹੀਂ ਹੁੰਦੇ, ਤਾਂ ਉਹ 'ਚ ਫਿਰ ਕਹਿੰਦੇ ਉਸ ਚੀਜ਼ ਦੀ ਲੋੜ ਵੀ ਨਹੀਂ ਹੁੰਦੀ, ਫਿਰ ਵੀ ਡਾਕਟਰ ਕਿਉਂ ਲਿਖ ਕੇ ਦਿੱਤੇ ਜਾਂਦੇ ਨੇ? ਕੋਈ ਵੀ ਇੱਦਾਂ ਦਾ ਟੈਸਟ ਜਿਹੜਾ ਵੀ ਡਾਕਟਰਾਂ ਨੂੰ ਲੱਗਦਾ ਹੈ ਡਾਇਗਨੋਸਿਸ ਬਣਾਉਣ ਲਈ, ਜਿਹੜਾ ਵੀ ਰੈਲੇਵੈਂਟ ਟੈਸਟ ਹੈਗਾ, ਉਹ ਸਾਰਾ ਕੁਛ ਰੈਲੇਵੈਂਟ ਟੈਸਟ ਜਿਹੜੇ ਨੇ ਉਹ ਡਾਕਟਰ ਲਿਖ ਸਕਦੇ ਨੇ, ਇਸ ਤਰ੍ਹਾਂ ਨਹੀਂ ਲਿਖ ਸਕਦੇ। ਬਾਕੀ ਕਈ ਪਰਸਨਲ ਜਿਹੜੇ ਡਾਕਟਰਾਂ ਨਾਲ ਮੇਰੀ ਗੱਲ ਹੋਈ ਹੈ, ਕਈ ਲੋਕ ਵੈਸੇ ਉਹਨਾਂ ਨੂੰ ਆ ਕੇ ਕਹਿੰਦੇ ਨੇ ਕਿ ਅਸੀਂ ਰੂਟੀਨ ਚੈੱਕਅਪ ਜਿਹੜਾ ਹੈਗਾ ਉਹ ਸਾਰਾ ਕਰਵਾਉਣਾ ਹੈ, ਉਹਦੇ ਲਈ ਡਾਕਟਰ ਕਈ ਵਾਰੀ ਉਹਨਾਂ ਨੂੰ ਲਿਖ ਦਿੰਦੇ ਨੇ ਉਹਨਾਂ ਦੀ ਡਿਮਾਂਡ 'ਤੇ। ਮੈਡਮ, ਡਾਕਟਰ ਵੱਲੋਂ ਤਾਂ ਟੈਸਟ ਲਿਖ ਦਿੱਤੇ ਜਾਂਦੇ ਆ, ਪਰ ਜੇ ਗੱਲ ਕਰੀਏ ਸਰਕਾਰੀ ਹੋਸਪਿਟਲਾਂ ਦੀ ਮਸ਼ੀਨਰੀ ਹੈਗੀ, ਜੇ ਹੈਗੀ ਹੈ ਤਾਂ ਖਰਾਬ ਆ, ਤਾਂ ਉਹ ਫਿਰ ਵੀ ਡਾਕਟਰ ਕਿਸੇ ਨਾ ਕਿਸੇ ਤਰੀਕੇ ਨਾਲ ਕਹਿ ਲਓ ਕਿ ਪ੍ਰਾਈਵੇਟ ਲੈਬੋਰਟਰੀ ਨੂੰ ਲਾਹਾ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ? ਨਹੀਂ, ਅਸੀਂ ਇਹ ਸਾਰੀਆਂ ਗਾਈਡਲਾਈਨਸ ਬਾਰ ਬਾਰ ਇਹ ਗਾਈਡਲਾਈਨਸ ਭੇਜਦੇ ਵੀ ਹਾਂ ਔਰ ਚੈੱਕ ਵੀ ਕਰਦੇ ਹਾਂ। ਉਹਨਾਂ ਨੂੰ ਕਿਹਾ ਗਿਆ ਕਿ ਜਦੋਂ ਵੀ ਕਿਸੇ ਨੇ ਵੀ ਬਾਹਰ ਸੈਂਪਲ ਨਹੀਂ ਭੇਜਣਾ, ਜੋ ਵੀ ਸੈਂਪਲ ਕਰਾਉਣਾ ਹੈ ਉਹ ਆਪਣੀ ਲੈਬ ਦੇ ਅੰਦਰ ਕਰਾਓ, ਅਗਰ ਨਹੀਂ ਅਵੇਲੇਬਲ ਹੈਗਾ ਉਹ ਟੈਸਟ ਲੈਬ ਦੇ ਅੰਦਰ, ਤਾਂ ਕ੍ਰਿਸ਼ਨਾ ਲੈਬ ਤੋਂ ਟੈਸਟ ਕਰਵਾਏ ਜਾਣ। ਮੈਮ, ਜੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਆਮ ਪਬਲਿਕ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਜੋ ਟੈਸਟ ਹੁੰਦੇ ਨੇ ਪਬਲਿਕ ਦੇ, ਤਾਂ ਫਿਰ ਡਾਕਟਰ ਨੂੰ ਤੀਕਰ ਉਹਨਾਂ ਦਵਾਈ ਨਹੀਂ ਦਿੰਦੇ। ਇਹ ਜਿਹੜੀ ਪਰੇਸ਼ਾਨੀ ਹੈ, ਕਿਸੇ ਤਰ੍ਹਾਂ ਪਰੇਸ਼ਾਨੀ ਦੂਰ ਕਰਨ ਲਈ ਹੀ ਇਹ ਸਾਰਾ ਸਿਸਟਮ ਜਿਹੜਾ ਉਹ ਲਾਗੂ ਕੀਤਾ ਗਿਆ। ਹੁਣ ਅਸੀਂ ਇੱਥੇ ਈਵਨ RT-PCR ਲੈਬ ਵੀ ਸਟਾਰਟ ਕਰਨ ਵਾਲੇ ਹਾਂ, ਜਲਦੀ ਹੀ ਸਟਾਰਟ ਹੋ ਜਾਏਗੀ। ਔਰ ਕ੍ਰਿਸ਼ਨਾ ਲੈਬ ਜੋ ਕਿ ਇਸ ਟਾਈਮ ਅਜੇ ਸਿਰਫ ਸੈਂਪਲ ਕਲੈਕਸ਼ਨ ਕਰਕੇ ਜਲੰਧਰ ਜਾ ਕੇ ਟੈਸਟ ਕਰਦੇ ਨੇ, ਇਹ ਵੀ ਸਾਡੇ ਕੋਲ ਇੱਥੇ 24x7 ਇਨ ਹਾਊਸ ਹੋ ਜਾਏਗੀ। ਕ੍ਰਿਸ਼ਨਾ ਲੈਬ ਵੱਲੋਂ ਟੋਟਲ ਕਿੰਨੇ ਪਰਸੈਂਟ ਲੈਸ ਕੀਤੇ ਜਾ? 40% CGHS ਰੇਟ ਜੋ ਸਰਕਾਰ ਦੇ ਹੈਗੇ ਨੇ ਉਹਦਾ ਵੀ 40% ਲੈਸ ਕਰਕੇ। ਤਾਂ ਮੈਡਮ, ਜੇ ਆਪਾਂ ਦੂਜੇ ਪਾਸੇ ਗੱਲ ਕਰੀਏ, ਜਿਹੜੇ ਕਿ ਬਾਹਰ ਸ਼ਹਿਰ ਦੇ ਬਾਹਰ ਆਪਣੇ ਹੋਸਪਿਟਲ ਤੋਂ ਬਾਹਰ ਸ਼ਹਿਰ ਦੇ ਵਿੱਚ ਜਿਹੜੇ ਕਿ ਅਨਲੀਗਲ ਕਹਿ ਲਓ ਕਿ ਉਹ ਚੱਲਦੀ ਪਈ ਲੈਬੋਰਟਰੀ, ਤਾਂ ਉੱਥੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਲੇ?
ਜਿਹੜੀ ਬਾਹਰ ਕੋਈ ਅਗਰ ਤੁਹਾਨੂੰ ਕੋਈ ਲੱਗਦਾ ਕਿ ਕੋਈ ਇਹੋ ਜਿਹੀ ਕੰਮ ਹੈਗੀ ਚੱਲ ਰਹੀ ਹੈ ਤਾਂ ਉਹਨੂੰ ਸਾਨੂੰ ਰਿਪੋਰਟ ਕਰੋ, ਅਸੀਂ ਚੈੱਕ ਕਰਾ ਲਾਂਗੇ। ਕਿਉਂਕਿ ਵੈਸੇ ਰੂਟੀਨ 'ਚ ਸਾਰੇ SMOs ਨੂੰ ਇਹ ਚਿੱਠੀ ਡਾਇਰੈਕਟਰ ਸਾਹਿਬ ਵੱਲੋਂ ਵੀ ਹਦਾਇਤਾਂ ਹੋਈਆਂ ਨੇ ਕਿ ਕੋਈ ਵੀ ਉਹਨਾਂ ਦੇ ਏਰੀਏ ਦੇ ਵਿੱਚ ਕਿਸੇ ਵੀ SMO ਦੇ ਅਗਰ ਕੋਈ ਹੈਗੀ ਹੈ ਇਹੋ ਜਿਹੀ ਚੀਜ਼ ਤਾਂ ਉਹ ਸਾਨੂੰ ਲਿਖ ਕੇ ਭੇਜ ਸਕਦੇ ਨੇ, ਅਸੀਂ ਉੱਪਰ ਸਟੇਟ 'ਤੇ ਉਹਦਾ ਐਕਸ਼ਨ ਲੈਣ ਲਈ ਭੇਜ ਦਿਆਂਗੇ। ਜੇ ਆਪਾਂ ਗੱਲ ਕਰੀਏ ਡਿਪਾਰਟਮੈਂਟ ਵੱਲੋਂ ਆਪਣੇ ਲੈਵਲ 'ਤੇ ਕੋਈ ਕੋਸ਼ਿਸ਼ ਕੀਤੀ ਗਈ ਹੁਣ ਤੱਕ? ਹੁਣ ਤੱਕ ਡਰੱਗ ਵਾਲੀ ਜਿਹੜੀ ਹੈਗੀ ਹੈ ਉਹ ਸਾਰੇ ਜਿੰਨੇ ਵੀ ਕੈਮਿਸਟ ਸ਼ੋਪਸ ਨੇ ਜਾਂ RMPs ਨੇ ਉਹ ਸਾਰੇ ਚੈੱਕ ਕਰਕੇ ਉਹਨਾਂ ਦੇ ਲਾਇਸੈਂਸ ਵਗੈਰਾ ਸਭ ਕੁਛ ਜੋ ਵੀ ਆ, ਅਗਰ ਉਹਨੂੰ ਲੱਗਦਾ ਕੁਛ ਤਾਂ ਉਹ ਸਾਰੇ ਸੈਂਪਲ ਲਈ ਭੇਜਦੀ ਹੈ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਹੋਸਪਿਟਲ ਗਿਆ ਸੀਗਾ, ਉਹ ਕਾਫੀ ਉੱਥੇ ਮੈਂ ਸਮਝਦਾ ਸੀ ਦੇਖਿਆ ਵਾ ਕਿ ਜੋ ਹੋਸਪਿਟਲ ਦੇ ਇਸ ਵੇਲੇ ਹਾਲਾਤ ਹੈਗੇ ਆ, ਕਿਉਂਕਿ ਹੋਸਪਿਟਲ ਦੇ ਵਿੱਚ ਸਿਰਫ ਗਰੀਬ ਬੰਦਾ ਜਾਂਦਾ ਵਾ, ਉੱਥੇ ਅਮੀਰ ਨਹੀਂ ਜਾਂਦਾ। ਪਰ ਗਰੀਬ ਬੰਦਾ ਜਦੋਂ ਹੋਸਪਿਟਲ ਦੇ ਵਿੱਚ ਜਾਂਦਾ, ਉਹ ਜਦੋਂ ਉਹਨੂੰ ਦਾਖਲ ਕਰਦੇ ਆ, ਪਹਿਲੀ ਗੱਲ ਤਾਂ ਉਹਦੀ ਕੇਅਰ ਹੀ ਨਹੀਂ ਹੁੰਦੀ। ਜਦੋਂ ਕੇਅਰ ਹੁੰਦੀ ਹੈ ਉਹਨੂੰ ਮੈਂ ਸਮਝਦਾ ਵੱਡੀਆਂ ਵੱਡੀਆਂ ਪਰਚੀਆਂ ਬਣਾ ਕੇ ਦਿੱਤੀਆਂ ਜਾਂਦੀਆਂ। ਵੈਸੇ ਸਰਕਾਰ ਕਹਿੰਦੀ ਹੈ ਕਿ ਸਿਵਲ ਹੋਸਪਿਟਲ ਦੇ ਵਿੱਚ ਜਿੰਨੇ ਟੈਸਟ ਹੈਗੇ ਆ ਜਾਂ ਜਿੰਨੀਆਂ ਦਵਾਈਆਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਵਾ ਸਿਵਲ ਹੋਸਪਿਟਲ ਦੇ ਵਿੱਚ ਮੁਹੱਈਆ ਕਰਾਈਆਂ ਜਾਣਗੀਆਂ। ਪਰ ਮੈਂ ਸਮਝਦਾ ਵੀ ਸਰਕਾਰ ਨੇ ਅਤੇ ਮਾਲ ਅਫਸਰਾਂ ਨੇ ਉਹ ਜਿੰਨੇ ਵੀ ਹੈਗੇ ਇਸ ਵੇਲੇ ਉਹ ਸਾਰਿਆਂ ਨੇ ਅੱਖਾਂ ਅੱਗੇ ਪੱਟੀਆਂ ਬੰਨੀਆਂ ਪਈਆਂ ਵਾ, ਕਿਉਂ ਗਾਂਧੀ ਜੀ ਨੇ ਕਿਹਾ ਸੀਗਾ ਮਤ ਸੁਣੋ ਮਤ ਦੇਖੋ ਮਤ ਬੋਲੋ। ਉਹੀ ਹਾਲਾਤ ਜਿਹੜੇ ਮੈਂ ਸਮਝਦਾ ਸਿਵਲ ਹੋਸਪਿਟਲਾਂ ਦੇ ਅਫਸਰਾਂ ਦੇ ਇਸ ਵੇਲੇ ਬਣੇ ਪਏ ਆ, ਕਿਉਂਕਿ ਜਦੋਂ ਇਹ ਟੈਸਟ ਲਿਖਦੇ ਆ ਉਹ ਟੈਸਟ ਮੈਂ ਸਮਝਦਾ ਪਹਿਲੀ ਗੱਲ ਤਾਂ ਹੋਸਪਿਟਲ ਹੋਣੇ ਚਾਹੀਦੇ ਆ, ਪਰ ਜਿਹੜੇ ਬਾਹਰੋਂ ਮੈਂ ਸਮਝਦਾ ਔਫਰਾਂ ਆਉਂਦੀਆਂ ਵਾ ਜਦੋਂ ਇਹ ਟੈਸਟ ਕਰਾਉਣ ਜਾਂਦੇ ਆ, ਰੁਪਈਆ 3-3 ਹਜ਼ਾਰ ਰੁਪਈਆ ਲੈਬੋਰਟਰੀਆਂ ਵਾਲੇ ਲੈਂਦੇ ਆ। ਜਿਹੜੀ ਆਪਾਂ ਟੈਸਟ ਆਪਾਂ ਕਰਾਉਂਦੇ ਹਾਂ ਨਾ ਉਹਦੀ ਰਿਪੋਰਟ ਘੱਟੋ ਘੱਟ 5-6 ਘੰਟੇ ਤੋਂ ਪਹਿਲਾਂ ਨਹੀਂ ਆਉਂਦੀ, ਪਰ ਜਿਹੜੀ ਇਹ ਟੈਸਟ ਰਿਪੋਰਟ ਲਿਖਦੇ ਆ ਉਹ ਮੌਕੇ 'ਤੇ 1/2 ਘੰਟੇ 'ਚ ਮੈਂ ਸਮਝਦਾ ਰਿਪੋਰਟ ਜਿਹੜੀ ਹੈ ਉਹ ਮੁਹੱਈਆ ਕਰਾ ਦਿੰਦੇ ਆ। ਉਹ ਰਿਪੋਰਟ ਵੀ ਜਿਹੜੀ ਆ ਉਹਦੇ ਵਿੱਚ ਕੋਈ ਇਹੋ ਜਿਹਾ ਕਲੀਅਰ ਨਹੀਂ ਕਰਦੇ, ਉਹ ਸਿੱਧਾ ਹੀ ਕਹਿੰਦੇ ਆ ਕਿ ਬਿਲਕੁਲ ਓਕੇ ਹੈਗਾ ਵਾ। ਮੈਂ ਤਾਂ ਮੀਡੀਆ ਰਾਹੀਂ ਇਹ ਮੰਗ ਕਰਦਾ ਵਾਂ ਵੀ ਖਾਸ ਤੌਰ 'ਤੇ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਕਰਦਾ ਵਾਂ ਕਿ ਡਿਪਟੀ ਸਾਹਿਬ ਇੱਕ ਵਾਰੀ ਸਿਵਲ ਹੋਸਪਿਟਲ ਜਾਣ ਕੇ ਦੇਖੋ ਸਹੀ ਬਣਦਾ ਕੀ ਪਿਆ ਵਾ। ਜੇ ਸਿਵਲ ਹੋਸਪਿਟਲ ਦੇ ਵਿੱਚ ਜਿੰਨੇ ਵੀ ਡਾਕਟਰ ਹੈਗੇ ਆ ਜਾਂ ਜਿੰਨੀਆਂ ਵੀ ਨਰਸਾਂ ਹੈਗੀਆਂ ਵਾ, ਇਹਨਾਂ ਲੋਕਾਂ ਨੇ ਮੈਂ ਸਮਝਦਾ ਇੱਕ ਤਾਂ ਸਰਕਾਰ ਕੋਲੋਂ ਲੱਖਾਂ ਰੁਪਈਆ ਲੈਂਦੇ ਤਨਖਾਹਾਂ, ਦੂਜਾ ਮੈਂ ਸਮਝਦਾ ਮਰੀਜ਼ ਨੂੰ ਜਦੋਂ ਚੈੱਕ ਕਰਦੇ ਆ ਉਹਨੂੰ ਸਿੱਧਾ ਹੀ ਕਹਿੰਦੇ ਆ ਕਿ ਜੇ ਤੂੰ ਇਲਾਜ ਕਰਾਉਣਾ ਵਾ ਤਾਂ ਸ਼ਾਮੀ ਮੇਰੀ ਕੋਠੀ ਆ ਜਾਈ, ਉੱਥੇ ਤਸੱਲੀ ਨਾਲ ਤੇਰਾ ਇਲਾਜ ਕਰਾਂਗੇ। ਔਰ ਮੈਂ ਪਿੱਛੇ ਸਿਵਲ ਹੋਸਪਿਟਲ ਦੀ ਜਿਹੜੀ ਸਿੰਮੀ ਡਾਕਟਰ ਹੈਗੀ ਆ, ਮੈਂ ਖੁਦ ਇਹ ਕਿਸੇ ਕੰਮ ਵਾਸਤੇ ਇਹਨਾਂ ਦੇ ਪ੍ਰਾਈਵੇਟ ਕੋਠੀ ਵਿੱਚ ਗਿਆ, ਔਰ ਜਦੋਂ ਮੈਂ ਉੱਥੇ ਨਰਸ ਨੂੰ ਪੁੱਛਿਆ ਬੈਠੀ ਜਿਹੜੀ ਪਰਚੀ ਕੱਢਦੀ ਹੈ, ਮੈਂ ਕਿਹਾ ਮੈਡਮ ਜੀ ਕਿੰਨੇ ਪੈ ਪਰਚੀ ਦੇ ਲੈਂਦੇ ਆ, ਕਹਿੰਦੇ ਜੀ 200 ਰੁਪਈਆ ਪਰਚੀ ਦਾ ਲੈਂਦੇ ਆ। ਅਤੇ ਜੇ ਮੈਂ ਕਿਹਾ ਐਮਰਜੈਂਸੀ ਕਰਾਉਣੀ ਹੋਵੇ, ਕਹਿੰਦੇ ਜੀ ਫਿਰ 400 ਰੁਪਈਆ ਲੈਂਦੇ ਆ। ਜਦੋਂ ਫਿਰ ਮੈਂ ਆਪਣੀ ਪਾਰਟੀ ਦਾ ਕਾਰਡ ਭੇਜਿਆ ਵੀ ਮੈਂ ਸਮਝਦਾ ਇਹਨਾਂ ਦੇ ਸਾਰਿਆਂ ਦੇ ਹੋਸ਼ ਉੱਡ ਗਏ, ਔਰ 5-7 ਮਿੰਟਾਂ ਦੇ ਵਿੱਚ ਇਹਨਾਂ ਨੇ ਮੈਨੂੰ ਅੰਦਰ ਬੁਲਾਇਆ। ਦੇਖੋ ਮੈਂ ਤਾਂ ਇਹੀ ਮੰਗ ਕਰਦਾ ਵਾਂ ਵੀ ਦੇਖੋ ਜਦੋਂ ਸਰਕਾਰ ਤੁਹਾਨੂੰ ਲੱਖਾਂ ਰੁਪਈਆ ਤਨਖਾਹ ਦਿੰਦੀ ਹੈ ਗਰੀਬਾਂ ਦੀ ਸੇਵਾ ਕਰਨ ਵਾਸਤੇ, ਤੁਸੀਂ ਤਨਖਾਹਾਂ ਵੀ ਲੈਂਦੇ ਆ, ਗਰੀਬਾਂ ਨੂੰ ਵੀ ਲੁੱਟਦੇ ਆ, ਔਰ ਆਪਣੇ ਘਰਾਂ ਦੇ ਵਿੱਚ ਉਹੀ ਮਰੀਜ਼ਾਂ ਕੋਲੋਂ ਲੱਖਾਂ ਕਰੋੜਾਂ ਰੁਪਈਆ ਜਿਹੜਾ ਤੁਸੀਂ ਮਹੀਨੇ ਦਾ ਕਮਾਉਂਦੇ ਆ। ਮੈਂ ਡਿਪਟੀ ਸਾਹਿਬ ਕੋਲ ਮੰਗ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਆਪਣੀਆਂ ਕੋਠੀਆਂ ਦੇ ਵਿੱਚ ਹੋਸਪਿਟਲ ਖੋਲ੍ਹੇ ਆ, ਤੁਰੰਤ ਮੈਂ ਸਮਝਦਾ ਇਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾਣ, ਲਾਇਸੈਂਸ ਕੈਂਸਲ ਕੀਤੇ ਜਾਣ, ਉਹ ਇਹਨਾਂ ਦੇ ਲੈਬੋਰਟਰੀਆਂ ਦੇ ਮੈਂ ਕਹਿੰਦਾ ਸੀਲ ਕੀਤੇ ਜਾਣ। ਇਹਨਾਂ ਨੂੰ ਬੰਦੇ ਦਾ ਪੁੱਤ ਬਣਾਉਣਾ ਮੈਂ ਸਮਝਦਾ ਬਹੁਤ ਜ਼ਰੂਰੀ ਹੈਗਾ, ਤਾਂ ਹੀ ਕਿਸੇ ਗਰੀਬ ਨੂੰ ਇਨਸਾਨ ਮਿਲੂਗਾ। YouTube channel News DNN by clicking the bell icon. Don't forget to like, comment and share.